ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਆਪਣਾ ਜੀ ਐਸ ਟੀ ਵੱਲੋਂ ਅੱਜ ਆਪਾਂ ਗੱਲ ਕਰਦੇ ਹਾਂ 9 ਮਹੀਨੇ ਸੀਜ਼ਨਲ ਵਰਕ ਵੀਜ਼ੇ ਦੀ। ਸੋ ਬਹੁਤ ਦਿਨਾਂ ਬਾਅਦ ਇਹ ਵੀਡੀਓ ਕਰਨ ਲੱਗਾ ਹਾਂ ਅਤੇ ਮੇਰੇ ਕੋਲ ਕੋਈ ਅਪਡੇਟ ਹੈ ਨਹੀਂ ਸੀ ਅਤੇ ਅਪਡੇਟ ਜਿਹੜੀਆਂ ਸੀਗੀਆਂ ਮੇਰੇ ਕੋਲ ਕੋਈ ਸਬੂਤ ਪੁਖਤਾ ਨਹੀਂ ਸੀਗੇ। ਹੁਣ ਸਬੂਤ ਆਏ ਆ, ਮੈਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਵੀ ਪੇਪਰ ਜਿਹੜੇ ਆ ਜ਼ਰੂਰ ਨਿਕਲਣ ਲੱਗ ਪਏ ਆ। ਕਿਹੜੀਆਂ ਕਿਹੜੀਆਂ ਸਿਟੀਆਂ ਦੇ ਵਿੱਚ ਨਿਕਲਣ ਲੱਗੇ ਆ ਉਹ ਅਸੀਂ ਅੱਜ ਤੁਹਾਡਾ ਸਾਰਿਆਂ ਨਾਲ ਸ਼ੇਅਰ ਕਰਾਂਗੇ। ਵੀਡੀਓ ਲੰਮੀ ਨਹੀਂ ਕਰਨੀ, ਆਪਾਂ ਤੁਹਾਡੀ ਇਹੀ ਸ਼ਿਕਾਇਤ ਹੁੰਦੀ ਆ ਵੀ ਵੀਡੀਓ ਤੋਂ ਲੰਮੀ ਜ਼ਿਆਦਾ ਕਰ ਦਿੰਦਾ। ਸੋ ਮੇਰੇ ਭਰਾਵੋ ਸੋਰੀ, ਕਈ ਗੱਲਾਂ ਹੁੰਦੀਆਂ ਜ਼ਰੂਰੀ ਕਰਨੇ ਵਾਲੀਆਂ। ਸੋ ਵੀਡੀਓ ਸ਼ੁਰੂ ਕਰਦੇ ਹਾਂ 9 ਮਹੀਨੇ ਵਾਲੇ ਪੇਪਰਾਂ ਦੀ, ਦੱਸਾਂਗੇ ਕਿਹੜੀਆਂ ਕਿਹੜੀਆਂ ਸਿਟੀਆਂ ਦੇ ਵਿੱਚ ਕਿਹੜੇ ਕਿਹੜੇ ਜਿੱਦਾਂ ਪੇਪਰ ਨਿਕਲਣ ਲੱਗੇ ਆ। ਸੋ ਜਿਹੜੇ ਵੀ ਚੈਨਲ ਦੇ ਨਵੇਂ ਆ, ਚੈਨਲ ਸਬਸਕ੍ਰਾਈਬ ਕਰ ਦਿਓ, ਜਿਨ੍ਹਾਂ ਨੇ ਕੀਤਾ ਤਹਿ ਦਿਲੋਂ ਧੰਨਵਾਦ, ਲਾਈਕ ਕਮੈਂਟ ਜ਼ਰੂਰ ਤੁਸੀਂ ਕਰਿਆ ਕਰੋ। ਸੋ ਹਾਂਜੀ, ਹੁਣ ਆਪਾਂ ਅੱਜ ਗੱਲ ਕਰਦੇ ਹਾਂ ਪਹਿਲਾਂ ਇਹ ਜਿਹੜਾ ਨੁੱਲਾਓਸਤਾ ਆ ਕਿੱਥੇ ਨਿਕਲਣ ਲੱਗਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਬ੍ਰੇਸ਼ੀਆ, ਬ੍ਰੇਸ਼ੀਆ ਦੇ ਵਿੱਚ ਵੀ ਜਿੱਦਾਂ ਨੁੱਲਾਓਸਤਾ ਨਿਕਲਿਆ, ਅਸੀਂ ਪਹਿਲਾਂ ਮੈਂ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ, ਮੈਨੂੰ ਇਹ ਲੱਗਦਾ ਸੀਗਾ ਵੀ ਜਿੱਦਾਂ 6 ਤਰੀਕ ਲੋਕਡਾਊਨ ਤੋਂ ਬਾਅਦ ਚੋਂ ਹੀ ਕੰਮ ਜਿੱਦਾਂ ਨੁੱਲਾਓਸਤੇ ਦਾ ਸੀਜ਼ਨਲ ਵਰਕ ਵੀਜ਼ੇ ਨਿਕਲੂਗੇ। ਸੋ ਮੇਰੇ ਭਰਾਵੋ ਬਹੁਤ ਖੁਸ਼ੀ ਦੀ ਗੱਲ ਵਾ ਵੀ ਜਿੱਦਾਂ ਅਜੇ ਲੋਕਡਾਊਨ ਖਤਮ ਵੀ ਨਹੀਂ ਹੋਇਆ ਅਤੇ ਖਬਰਾਂ ਆ ਗਈਆਂ ਬਈ ਜਿੱਦਾਂ ਨੁੱਲਾਓਸਤੇ ਨਿਕਲਦੇ ਆ। ਸੋ ਪਹਿਲਾਂ ਬ੍ਰੇਸ਼ੀਆ ਦੇ ਵਿੱਚ ਵੀ ਇੱਕ ਨੁੱਲਾਓਸਤੇ ਨਿਕਲਣ ਦੀ ਖਬਰ ਆਈ ਆ, ਦੂਜੇ ਨੰਬਰ 'ਤੇ ਖਬਰ ਆਈ ਆ ਨਾਪੋਲੀ ਦੀ। ਨਾਪੋਲੀ ਦੇ ਵਿੱਚ ਵੀ ਜਿੱਦਾਂ ਸੱਚੀ ਨਿਕਲੇ ਆ ਇਹ ਜਿੱਦਾਂ ਨੁੱਲਾਓਸਤੇ, ਅਤੇ ਇੱਕ ਜਿੱਦਾਂ ਪੈਂਦਾ ਨਾਪੋਲੀ ਦੇ ਕੋਲ ਪਤੈਂਸਾ ਪੈਂਦਾ ਆ, ਪਟੈਂਸਾ ਪੈਂਦਾ ਆ, ਉੱਥੇ ਵੀ ਨੁੱਲਾਓਸਤੇ ਨਿਕਲੇ ਆ। ਸੋ ਇੰਨੀ ਤੇਜ਼ ਨਹੀਂ ਨਿਕਲੇ ਪਰ ਨਿਕਲੇ ਆ, ਕੰਮ ਸ਼ੁਰੂ ਹੋ ਗਿਆ ਆ। ਅਤੇ ਹੁਣ ਇੱਕ ਰੋਮਾ ਜਿੱਥੇ ਮੈਂ ਆਪ ਖੁਦ ਨੁੱਲਾਓਸਤਾ ਦੇਖਿਆ, ਤੁਸੀਂ ਮੈਂ ਉੱਪਰ ਵੀ ਸ਼ੋਅ ਵੀ ਕਰਦਾ ਹਾਂ, ਨੁੱਲਾਓਸਤਾ ਰੋਮਾ ਦੇ ਵਿੱਚ ਵੀ ਨਿਕਲੇ ਆ ਲਦੀਨਾ ਏਰੀਏ ਦੇ ਵਿੱਚ, ਅਤੇ ਕਾਫੀ ਸਾਰੇ ਮਿਲਾਨ ਦੇ ਵਿੱਚ ਵੀ ਖਬਰ ਆਈ ਆ ਵੀ ਨੁੱਲਾਓਸਤੇ ਨਿਕਲਣ ਲੱਗ ਪਏ ਆ। ਜਿੱਦਾਂ ਮਤਲਬ ਖਬਰਾਂ ਆਈਆਂ ਆ ਵੀ ਨਿਕਲਣ ਲੱਗ ਪਏ ਆ, ਜਿਹੜੇ ਮੈਂ ਦੇਖੇ ਆ, ਮੈਂ ਰੋਮ ਦਾ ਦੇਖਿਆ ਆ, ਨਾਪੋਲੀ ਦਾ ਦੇਖਿਆ ਆ। ਸੋ ਇਹ ਤਾਂ ਜਿੱਦਾਂ ਪੱਕੀ 100% ਅਵੇ ਨਿਕਲਦੇ ਆ, ਹੈ ਨਾ, ਵੀ ਬਾਰੀ ਨਹੀਂ, ਬ੍ਰੇਸ਼ੀਆ ਵੀ ਨੁੱਲਾਓਸਤੇ ਨਿਕਲੇ ਆ। ਸੋ ਪੱਕੀ ਗੱਲ ਆ ਇਹ, ਪਰ ਉਹ ਸੈਂਡ ਨਹੀਂ ਕਰਦੇ ਕਿਉਂਕਿ ਹਰੇਕ ਦੀ ਪ੍ਰਾਈਵੇਸੀ ਹੁੰਦੀ ਆ। ਆ ਇੱਕ ਵੀਰ ਨੇ ਮੈਨੂੰ ਸੈਂਡ ਕੀਤਾ ਸੀ, ਰੋਮ ਵਾਲੇ ਨੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਆ। ਸੋ ਜਿਨ੍ਹਾਂ ਵੀਰਾਂ ਨੇ ਪੇਪਰ ਭਰੇ ਉਹ ਆ, ਉਮੀਦ ਪੂਰੀ ਆ ਵੀ ਹੁਣ ਜਲਦੀ ਜਲਦੀ ਨਿਕਲੇ ਆਊਗੇ ਕਿਉਂਕਿ ਇਹਨਾਂ ਦੀ ਜਿਹੜੀ ਆ, ਇਹਨਾਂ ਪਾਰਲੀਮੈਂਟ ਦੇ ਵਿੱਚ ਵੀ ਇਹੀ ਆਵਾਜ਼ਾਂ ਉੱਠਦੀਆਂ ਵੀ ਜਲਦੀ ਕਰੋ, ਵਰਕਰਾਂ ਦੀ ਕਮੀ ਆ। ਜਿਹੜੇ ਦਮਾਂਦੇ ਹੋਏ ਸੀਗੇ, ਜਿਹੜੇ ਇੱਥੇ ਇਟਲੀ ਇਮੀਗ੍ਰੇਸ਼ਨ ਖੁੱਲ੍ਹੀ ਸੀਗੀ ਉਹਦੇ ਵਿੱਚ ਜਿਹੜੇ ਦਮਾਂਦੇ ਹੋਏ ਸੀਗੇ, ਉਹ ਜ਼ਿਆਦਾ ਜਿਹੜੇ ਘਰੇਲੂ ਕੰਮਾਂ ਦੇ ਜਾਂ ਘਰ ਦੇ ਕੰਮਾਂ ਵਾਲੇ ਸੀਗੇ, ਜਾਂ ਫਿਰ ਉਹ ਸਟਾਲਿਆਂ ਦੇ ਵਿੱਚ ਸੀਗੇ ਜਿਹੜੇ ਗਾਈਆਂ ਦਾ ਜਾਂ ਮੱਝਾਂ ਦਾ ਜਾਂ ਸੂਰਾਂ ਦਾ ਜਾਂ ਕੁਛ ਵੀ ਇਹਨਾਂ ਦੇ ਸੀਗੇ, ਜਿਹੜੇ ਖੇਤੀ ਵਾਲੇ ਦਮਾਂਦੇ ਸੀਗੇ ਉਹ ਵੀ ਬਹੁਤ ਥੋੜ੍ਹੇ ਸੀਗੇ। ਸੋ ਇਹਨਾਂ ਨੇ ਇੱਕ ਵਾਰੀ ਫਿਰ ਆਵਾਜ਼ ਚੜਾਈ ਆ, ਆਵਾਜ਼ ਜਿਹੜੀ ਬੁਲੰਦ ਕੀਤੀ ਆ ਜਿਹੜੀ ਖੇਤੀਬਾੜੀ ਮੰਤਰੀ ਨੇ, ਬਈ ਜਿਹੜਾ ਸੀਜ਼ਨ ਵਾ ਸਾਡਾ ਉਹ ਫਿਰ ਲੰਘ ਚੁੱਕਾ ਆ, ਵੀ ਤੁਸੀਂ ਇਹ ਲੇਟ ਕਰਦੇ ਆ। ਹੁਣ ਇਹ ਪਹਿਲ ਦੇ ਆਧਾਰ 'ਤੇ ਜਿਹੜੇ ਆ ਸੀਜ਼ਨਲ ਵਰਕ ਵੀਜ਼ੇ ਨੂੰ ਜਿੱਦਾਂ ਇਹ ਵੀ ਜ਼ਿਆਦਾ ਨੁੱਲਾਓਸਤੇ 'ਤੇ ਕੰਮ ਕਰਨਗੇ। ਉਮੀਦ ਆ ਵੀ ਆਉਣ ਵਾਲੇ ਜਿੱਦਾਂ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਕਾਫੀ ਜਿੱਦਾਂ ਤੇਜ਼ ਕੰਮ ਹੋ ਜਾਣਾ। ਸੋ ਇੰਨੀ ਕੁ ਭਰਾਵੋ ਮੇਰੇ ਉਹ ਅਪਡੇਟ ਸੀ, ਜਿੰਨੀ ਕੁ ਜਿੱਦਾਂ ਸਾਨੂੰ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਹੁਣ ਇਹ ਨਾ ਮੇਰੇ ਭਰਾ ਥੱਲੇ ਕਹੀ ਜਾ ਵੀ ਫੇਕ ਵਾ ਜਾਂ ਕਿੱਦਾਂ ਆ, ਵਾਕਿਆ ਹੀ ਨਿਕਲੇ ਆ ਯਾਰ ਨੁੱਲਾਓਸਤੇ, ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਇੱਕ ਦੋ ਮੇਰੇ ਕੋਲ ਆਏ ਸੀਗੇ, ਮੈਂ ਜਿੱਦਾਂ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਆ, ਹੈ ਨਾ। ਸੋ ਧੰਨਵਾਦ, ਜੇ ਕੋਈ ਅਪਡੇਟ ਹੋਰ ਹੋਈ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ। ਅੱਜ ਇਹ ਵੀਡੀਓ ਮੈਂ ਛੋਟੀ ਕਰਨ ਦੀ ਟਰਾਈ ਕੀਤੀ ਆ, ਸੋ ਸੋਰੀ ਮੇਰੇ ਭਰਾਓ ਜੇ ਤੁਹਾਨੂੰ ਵੱਡੀ ਵੀਡੀਓ ਲੱਗੀ। ਸੋ ਧੰਨਵਾਦ ਤੁਹਾਡਾ ਆਪਣਾ ਜੀ ਐਸ ਢਿੱਲੋਂ, ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ। ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ।